ਦੂਰ ਕੇ ਭੋਏ ਜਾਗੀ ਤਾਈ ਉੱਤੋਂ ਪੱਥਰਾਂ ਨਾਲ ਚੁਟਾਊਆਂ ਕੱਖ ਚੁਣ ਕੇ ਅੰਸਰ ਨਫ਼ਰਤ ਦੇ ਛੇਤੀ ਲਈ ਸਾੜ ਗਤਾਊਆਂ। ਉਸ ਆਖਿਆ ਇਹਦੀ ਗੱਲ ਨਹੀਂ, ਮੈਂ ਵੀ ਕੁਝ ਤੁਹਾਡੀ ਲੱਗਦੀ ਹਾਂ, ਮੈਂ ਵੀ ਆਈ ਵਧੀ ਹਾਂ। ਉਸ ਵੀ ਗੱਲ ਅੱਗੋਂ ਕੀਤੀ ਕਿ ਮੈਂ ਆ ਗੁਰਬਤ ਹਾਂ, ਜੇ ਤੂੰ ਸਾੜ ਕੇ ਪੁੱਛੇ ਹਾਂ ਤੇਰਾ ਹੀ ਠਰਨਾ ਕੋਈ ਨੀ। ਮਿਹਰਬਾਨੀ ਜਨਾਬ, ਮੈਂ ਗੁਰਬਤ ਹਾਂ ਅੱਜ ਤੋਂ ਸਾੜ ਕੇ ਖੁਸ਼ ਏ, ਹਾਂ ਤੇਰਾ ਠਰਨਾ ਹੀ ਕੋਈ ਨੀ, ਭਾਵੇਂ ਜਿੱਥੇ ਹੀ ਲਾ ਲਾਏ ਅੱਗ ਨਫ਼ਰਤ ਦੀ, ਮੈਂ ਸੜ ਕੇ ਹੀ ਮਰਨਾ ਕੋਈ ਨੀ। ਭਾਈ ਗੁੰਮ ਨਾਮ ਹੈ ਤੂੰ, ਮੈਂ ਤਾਂ ਬਹੁ ਮਸ਼ਹੂਰ ਹਾਂ, ਆ ਗਈਆਂ ਡਰਨਾ ਕੋਈ ਨਹੀਂ। ਗੁੰਮ ਨਾਮ ਹੈ ਤੂੰ, ਮੈਂ ਤਾਂ ਬਹੁ ਮਸ਼ਹੂਰ ਹਾਂ, ਆ ਗਈਆਂ ਡਰਨਾ ਕੋਈ ਨਹੀਂ, ਰੱਖੀ ਯਾਦ ਅਨੁਸਾਰ ਤੇਰੀ ਜ਼ਿੰਦਗੀ ਵਿੱਚ ਤੇ ਸੁੱਖ ਦਾ ਚੜ੍ਹਨਾ ਹੀ ਕੋਈ ਨੀ। ਤਸੱਲੀ ਦਿਲ ਨੂੰ ਦੇਣ ਵਾਸਤੇ ਕਿ ਘਬਰਾ ਨਹੀਂ ਦਿਲ, ਪਰੇਸ਼ਾਨੀਆਂ ਤੋਂ ਸਦਾ ਇੱਕੋ ਜਿਹਾ ਡੰਗ ਨਹੀਂ ਰਹਿਣਾ। ਮਿਹਰਬਾਨੀ ਜਨਾਬ ਖਾਨ ਸਾਹਿਬ, ਭਈ ਘਬਰਾ ਨਹੀਂ ਦਿਲ, ਪਰੇਸ਼ਾਨੀਆਂ ਤੋਂ ਸਦਾ ਇੱਕੋ ਜਿਹਾ ਡੰਗ ਨਹੀਂ ਰਹਿਣਾ। ਆ ਜ਼ਿਹਨ ਤੇ ਰੋਜ਼ ਮਾਯੂਸੀ ਆਲੇ ਲੱਗੇ ਫਿਕਰ ਤੇ ਜੰਗ ਨਹੀਂ ਰਹਿਣਾ। ਯਾਨੀ ਭਾਈ ਬਿਲ ਆਖਿਰ ਗੁਰਬਤ ਟਲ ਹੋਈ ਸੀ, ਨਿਤ ਵਕਤ ਕਲੰਗ ਨਹੀਂ ਰਹਿਣੇ, ਦੇਸੀ ਸਬਰ ਦਾ ਅਜਰ ਖੁਦਾ ਅਨਸਰ ਲੱਗੇ ਸਾਇਤ ਨੂੰ ਸੰਗ ਨਹੀਂ ਰਹਿਣੇ। ਜੀ ਮਿਹਰਬਾਨੀ, ਮੇਰੇ ਬਜ਼ੁਰਗ ਬੈਠੇ ਨੇ ਪਿੱਛੇ ਜੀ। ਖਾਨ ਸਾਹਿਬ ਦਾ ਹੁਕਮ, ਮਜਬੂਰੀ ਭਾਈ, ਜਿਸ ਰਾਤ ਨੂੰ ਖਾਬ ਵਿੱਚ ਭਾਈ ਦਮੀ ਉੱਠਦੇ ਆ ਸਾਧ ਹਮਰਾਜ਼ਾਂ ਨੂੰ ਤੁਸੀਂ ਆਪ ਦਸੈਂਦਿਆ ਵਤਣਾ। ਭਾਈ ਦਮੀ ਉੱਠਦੇ ਆ ਸਾਧ ਹਮਰਾਜ਼ਾਂ ਨੂੰ ਤੁਸੀਂ ਆਪ ਦਸੈਂਦਿਆ ਵਤਣਾ, ਸ਼ੌਕਾ ਨਾਲ ਬੁਹਾਰੀ ਦੇ ਦੇ ਕੇ ਘਰ ਬਾਰ ਸਜੈਂਦਿਆ ਵਤਣਾ। ਭਾਈ ਰੱਖ ਖੁੱਲੀਆਂ ਖੁੱਲੀਆਂ ਜ਼ੁਲਫਾਂ ਮੋਢੇ ਤੇ, ਭਾਈ ਐਲਾਨ ਕਰੇਂਦਿਆ ਵਤਣਾ, ਮੇਰੇ ਘਰ ਅਨਸਰ ਮਹਿਮਾਨ ਆਉ ਇਹੀ ਉਹ ਲਫ਼ਜ਼ ਦੁਹਰਾਉਂਦਿਆ ਵਤਣਾ। ਵਸਲਾਮ।